ਨਾਕੇ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੁੰਡਾਗਰਦੀ ਦੇ ਇਲਜ਼ਾਮ ਲੱਗੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਸ਼ਖਸ ਨੂੰ ਧੱਕਾ ਮਾਰਨ ਦੇ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਹਸਪਤਾਲ ਦੇ ਬਾਹਰ ਜਾ ਕੇ ਵੀ ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਇੱਕ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਜਦੋਂ ਰੋਕਿਆ ਜਾਂਦਾ, ਉਸਦੇ ਬਾਈਕ ਦੇ ਕਾਗਜ਼ ਪੱਤਰ ਚੈੱਕ ਕੀਤੇ ਜਾਂਦੇ ਨੇ ਤਾਂ ਉਹ ਨੌਜਵਾਨ ਕਹਿੰਦਾ ਕਿ ਕਾਗਜ਼ ਪੱਤਰ ਉਸਦੇ ਘਰ ਨੇ, ਤੇ ਜਦੋਂ ਉਸਦਾ ਪਿਤਾ ਸਾਰੇ ਹੀ ਕਾਗਜ਼ ਪੱਤਰ ਲੈ ਕੇ ਮੌਕੇ ਦੇ ਉੱਤੇ ਪਹੁੰਚਦਾ ਹੈ ਤਾਂ ਉੱਥੇ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਬਹਿਸ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਉਸ ਵਿਅਕਤੀ ਨੂੰ ਧੱਕਾ ਮਾਰ ਦਿੰਦਾ ਅਤੇ ਜਿਸ ਦੇ ਕਾਰਨ ਉਹ ਜ਼ਮੀਨ ਤੇ ਡਿੱਗ ਜਾਂਦਾ ਹੈ ਤੇ ਉਸਦੀ ਉਸੇ ਥਾਂ ਦੇ ਉੱਤੇ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਸਨੂੰ ਜਦੋਂ ਹਸਪਤਾਲ ਲੈ ਕੇ ਆਇਆ ਜਾਂਦਾ ਹੈ ਕਿ ਇਲਾਜ ਹੋ ਸਕੇ ਉਸਦਾ, ਤਾਂ ਮੌਕੇ ਦੇ ਉੱਤੇ ਹੀ ਡਾਕਟਰਾਂ ਦੇ ਵੱਲੋਂ ਵੀ ਜਵਾਬ ਦੇ ਦਿੱਤਾ ਜਾਂਦਾ ਅਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ। ਤਾਂ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਗੁੱਸਾ ਫੁੱਟਦਾ ਅਤੇ ਜੰਮ ਕੇ ਹੰਗਾਮਾ ਕੀਤਾ ਜਾਂਦਾ। ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਸਨੂੰ ਵੀ ਪੁਲਿਸ ਨੇ ਰੋਕਿਆ ਸੀ ਨਾਕੇ ਦੇ ਉੱਤੇ ਅਤੇ ਉਸ ਸਮੇਂ ਉਸਦੇ ਨਾਲ ਵੀ ਕੁੱਟਮਾਰ ਕੀਤੀ ਗਈ ਸੀ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਉਸਦਾ ਮੋਬਾਈਲ ਜੋ ਹੈ ਭੰਨ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਸਮਝੌਤਾ ਹੋਇਆ ਸੀ ਅਤੇ ਮੋਬਾਈਲ ਵੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਠੀਕ ਕਰਵਾ ਕੇ ਦਿੱਤਾ ਗਿਆ ਸੀ ਅਤੇ ਹੁਣ ਉਸਦੇ ਤਾਏ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਜਗਰਾਉਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, 4 ਪੁਲਿਸ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਅਤੇ ਹੁਣ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਕਦੇ ਹੋਈ ਜੀ, ਮੇਰੇ ਭਰਾ ਨੂੰ, ਤਾਏ ਦੇ ਮੁੰਡੇ ਨੂੰ ਸੇਵਕ ਨੂੰ ਜੀ ਇਹਨਾਂ ਨੇ ਰੋਕਿਆ ਮੁਲਾਜ਼ਮਾਂ ਨੇ ਜੀ, ਨੈਸ਼ਨਲ ਬੈਂਕ ਅਤੇ ਸ਼ੇਰਪੁਰ ਵਾਲੇ ਫਾਟਕਾਂ ਦੇ ਮੂਹਰਲੇ ਪਾਸੇ ਰੋਕਿਆ ਜੀ ਇਹਨਾਂ ਨੂੰ। ਮੋਟਰਾਂ ਦੇ ਕਾਗਜ਼ ਪੱਤਰ ਮੈਂ ਅੱਜ ਮੋਟਰਾਂ ਨੂੰ ਧੋਤਾ ਸੀਗਾ ਜੀ, ਮੀਂਹ ਪਿਆ ਸੀਗਾ ਜੀ, ਮੋਟਰਾਂ ਦੇ ਕਾਗਜ਼ ਪੱਤਰ ਸੀਗੇ ਘਰੇ ਜੀ, ਉਹ ਮੇਰੇ ਤਾਏ ਦੇ ਮੁੰਡੇ ਨੇ ਸੇਵਕ ਨੇ ਤਾਏ ਉਹਨਾਂ ਨੂੰ ਫੋਨ ਲਿਆ ਵੀ ਕਾਗਜ਼ ਪੱਤਰ ਚੱਕ ਲਿਓ ਜੀ, ਮੈਂ ਮੰਡੀ 'ਚ ਸੀਗਾ, ਚਲੋ ਰਾਹ 'ਚੋਂ ਮੈਂ ਵੀ ਬੈਠ ਕੇ ਆ ਗਿਆ ਜੀ। ਉੱਥੇ ਮੁਲਾਜ਼ਮ ਸੀਗੇ ਜੀ, ਇੱਕ ਤਾਂ ਤੇਜਿੰਦਰ ਸਿੰਘ ਸੀਗਾ ਐਸ ਆਈ ਪ੍ਰਭਜੋਤ ਸੀਗਾ ਜੀ, ਇੱਕ ਗੁਰਵਿੰਦਰ ਸਿੰਘ, ਨਾਲ 4 ਮੁਲਾਜ਼ਮ ਸੀ, ਇੱਕ ਤਾਂ ਮੈਨੂੰ ਨਾਂ ਨਹੀਂ ਪਤਾ ਜੀ। ਅਤੇ ਤਾਇਆ ਕਹਿੰਦੇ ਵੀ ਆਹ ਚੱਕੋ ਕਾਗਜ਼ ਪੱਤਰ ਤਾਂ ਪੂਰੇ ਵੀ ਤੁਸੀਂ ਸਾਡੇ ਹੀ, ਕਹਿੰਦਾ ਵੀ ਜਵਾਕਾਂ ਨੂੰ ਰੋਜ਼ ਹੀ ਘੇਰ ਲੈਂਦੇ, ਖੱਜਲ ਕਰਦੇ ਘਰਾਂ ਦੇ ਕੋਲ ਰਹਿਣਾ ਹੈ ਜੀ। ਚਲੋ ਜੀ, ਕਹਿੰਦਾ ਲਿਆ ਕਾਗਜ਼ ਪੱਤਰ ਤੋਂ, ਜਦੋਂ ਤਾਏ ਨੇ ਆਰ ਸੀ ਅਤੇ ਐਫੀਡੇਵਿਟ ਦਿਖਾਏ ਜੀ ਅਤੇ ਐਸ ਐਚ ਓ ਸਾਹਿਬ ਨੂੰ ਫੋਨ ਲਾਇਆ, ਅੰਮ੍ਰਿਤਪਾਲ ਸਰ ਉਹਨਾਂ ਨੂੰ ਫੋਨ ਲਾਇਆ ਜੀ, ਤਾਏ ਨੇ ਉਹ ਕਹਿੰਦੇ ਆਹ ਗੱਲ ਕਰੋ ਜੀ ਇੰਨੀ ਜੀ, ਉਹ ਕਹਿੰਦਾ ਵੀ ਅਸੀਂ ਨਹੀਂ ਗੱਲ ਕਰਨੀ, ਤਾਇਆ ਕਹਿੰਦਾ ਤੁਸੀਂ ਗੱਲ ਤਾਂ ਕਰੋ ਅਤੇ ਜੀ ਇੰਨੀ ਜੀ ਤਾਏ ਨਾਲ ਗਾਲ ਗਲੋਚ ਕਰਨ ਲੱਗ ਗਏ ਜੀ। ਪ੍ਰਭਜੋਤ ਨੇ ਤਾਏ ਨੂੰ ਧੱਕਾ ਮਾਰਿਆ ਜੀ, ਇੱਥੋਂ ਦਿਲ ਤੋਂ ਦੱਬ ਕੇ ਧੱਕਾ ਮਾਰਿਆ, ਕਹਿੰਦਾ ਤੂੰ ਅਸੀਂ ਨਹੀਂ ਗੱਲ ਕਰਨੀ, ਤੂੰ ਸਾਡੇ ਨਾਲ ਧੱਕੇ ਨਾਲ ਗੱਲ ਕਰਾਉਣ ਵਾਲਾ ਕੌਣ ਹੁੰਦਾ, ਅਤੇ ਉੱਥੇ ਮੈਂ ਸੀਗਾ ਜੀ, ਮੁੜ ਕੇ ਤਾਇਆ ਉੱਥੇ ਮੌਕੇ 'ਤੇ ਡਿੱਗ ਪਿਆ ਜੀ, ਇਹਨਾਂ ਦੇ ਕਰਕੇ ਜੀ ਤਾਏ ਦੀ ਡੈਥ ਹੋਈ ਆ, ਤਾਏ ਨੂੰ ਉੱਥੇ ਹੀ ਹੋਇਆ ਕੁਛ ਜੀ। ਅੱਛਾ, ਹਾਂਜੀ, ਇਹਨਾਂ ਨੇ ਪ੍ਰਭਜੋਤ ਸੀਗਾ ਜੀ, ਇੱਕ ਤੇਜਿੰਦਰ ਸਿੰਘ ਸੀਗਾ ਜੀ, ਤੇਜਿੰਦਰਪਾਲ ਜਿਨ੍ਹਾਂ ਨੇ ਜੀ ਉਹ ਚਲਾਣ ਕੱਟਿਆ ਵਾ ਜੀ ਮੋਟਰਸਾਈਕਲ ਦਾ। ਕੀ ਮੰਗ ਕਰਦੇ ਹੁਣ ਆਪਾਂ? ਮੰਗ ਜੀ ਸਾਡਾ ਜੋ ਵੀ ਹੈ, ਸਾਡਾ ਤਾਇਆ ਇਹਨਾਂ ਨੇ ਮਾਰਿਆ, ਸਾਨੂੰ ਤਾਂ ਇਨਸਾਫ ਚਾਹੀਦਾ ਜੀ, ਜੋ ਵੀ ਇਨਸਾਫ। ਹਾਂਜੀ, ਇਹ ਤਾਂ ਪੁਲਿਸ ਜੀ ਗੁੰਡਾ ਰਾਜ ਕਰਦੇ ਜੀ, ਇਹਨਾਂ ਨੇ ਮੈਨੂੰ 4 ਦਿਨ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਕੁੱਟਿਆ ਜੀ, ਮੇਰੇ ਕੋਲ ਵੀਡੀਓ ਵੀ ਆ ਜੀ, ਆਹ ਮੇਰੇ ਹੱਥ 'ਤੇ ਸੱਟ ਵੱਜੀ ਹੋਈ ਜੀ, ਇਹਨਾਂ ਨੇ ਮਾਰੀ ਆ ਜੀ। ਉਹਦੇ ਵਿੱਚ ਪ੍ਰਭਜੋਤ ਸੀਗਾ ਜੀ, 3 ਮੁਲਾਜ਼ਮ, ਦੂਜੇ ਇੱਕ ਬਲਰਾਜ ਸੀਗਾ ਜੀ, ਐਸ ਆਈ ਸਿਟੀ ਥਾਣੇ ਵਾਲਾ ਜੀ। ਤੈਨੂੰ ਕਿਉਂ ਕੁੱਟਿਆ ਸੀ ਪਹਿਲਾਂ? ਇਹਨਾਂ ਨੇ ਮੈਨੂੰ ਬਿਨਾਂ ਗੱਲੋਂ ਨਜਾਇਜ਼ ਕੁੱਟਿਆ ਜੀ, ਰਾਤ ਨੂੰ 10 ਵਜੇ ਦਾ ਟਾਈਮ ਸੀ, ਮੈਂ ਪਰਦੇਸੀ ਢਾਬੇ ਤੋਂ ਰੋਟੀ ਖਾ ਕੇ ਜੀ, ਮੇਰੇ ਭਾਜੀ ਦਾ ਬਰਥਡੇ ਸੀਗਾ ਜੀ, ਬਰਥਡੇ ਮਨਾ ਕੇ ਕੇਕ ਕੱਟ ਕੇ ਜੀ, ਅਸੀਂ ਢਾਬੇ ਤੋਂ ਰੋਟੀ ਖਾ ਕੇ ਮਲਕ ਚੌਂਕ ਤੇਲ ਪਾਉਣੇ ਹੁੰਦੇ ਪੰਪ ਤੋਂ ਜੀ, ਇਹਨਾਂ ਨੇ ਨਜਾਇਜ਼ ਕੁੱਟਿਆ ਜੀ, ਗੁੰਡਾਗਰਦੀ ਕੀਤੀ, ਇਹਨਾਂ ਨੇ 3200 ਰੁਪਇਆ ਮੇਰੀ ਜੇਬ 'ਚੋਂ ਕੱਢਿਆ, ਮੇਰੇ ਫੋਨ ਦੀ ਡਿਸਪਲੇ ਤੋੜੀ, ਅਤੇ ਇਹਨੇ ਡਿਸਪਲੇ ਮੇਰੇ ਫੋਨ ਦੀ ਪਵਾ ਦਿੱਤੀ ਜੀ ਮੁਲਾਜ਼ਮਾਂ ਨੇ, ਅਤੇ ਜੀ ਕਹਿੰਦੇ ਵੀ ਸਾਡੇ 'ਤੇ ਕੋਈ ਕਾਰਵਾਈ ਨਾ ਕਰੋ ਜੀ, ਬਲਰਾਜ ਸਰ ਉਹਨਾਂ ਕੋਲ, ਸੁੱਖੀ ਸਰ ਉਹਨੇ ਜਿਹੜੇ ਚੌਂਕੀ ਇੰਚਾਰਜ ਉਹਨਾਂ ਦੇ ਕੋਲ ਗੱਲ ਗਏ ਹੋਏ ਜੀ, ਅੰਮ੍ਰਿਤਪਾਲ ਸਰ ਉਹਨੇ ਵੀ ਆਏ ਸੀਗੇ ਉੱਥੇ ਜੀ, ਇਹਨਾਂ ਨੇ ਮੇਰੇ ਕੁੱਟ ਕੁੱਟ ਕੇ ਨੀਲ ਪਾਤੇ, ਮੇਰੇ ਫੋਨ 'ਚ ਵੀਡੀਓ ਹੋਈ ਜੀ। ਠੀਕ ਹੈ, ਹਾਂਜੀ, ਅਤੇ ਹੁਣ ਵੀ ਇਹਨਾਂ ਨੇ ਉਹੀ ਖੁੰਦਕਬਾਜ਼ੀ ਕੀਤੀ ਆ ਜੀ, ਗਾਲ ਗਲੋਚ ਕੀਤੀ ਆ ਮੈਨੂੰ, ਕਹਿੰਦਾ ਤੂੰ ਤਾਂ ਉੱਤੇ ਵਾਲੇ, ਕਹਿੰਦਾ ਤੂੰ ਬੰਦਾ ਨਹੀਂ ਬਣਿਆ ਜੀ, ਉੱਤੋਂ ਦੇ ਨਾਲ ਜੀ ਸਾਡਾ ਤਾਇਆ ਮਾਰਤਾ, ਉੱਤੋਂ ਦੀ ਸਾਨੂੰ ਹੋਰ ਧਮਕੀਆਂ ਦਿੰਦੇ ਜੀ, ਤਾਂ ਪੁਲਿਸ ਗੁੰਡਾ ਰਾਜ ਕਰਦੀ ਆ ਜੀ, ਇਨਸਾਫ ਕੋਈ ਨਹੀਂ ਗਾ ਜੀ, ਨਜਾਇਜ਼ ਧੱਕਾ ਕਰਦੀ ਆ। ਠੀਕ,